ਨੌਜਵਾਨੀ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਇਸ ਖਾਲਸਾ ਵੀਰ ਨੂੰ ਲੈ ਕੇ, ਕਿਉਂਕਿ ਜਿੱਦਾਂ ਚੱਲੇ ਸੀਗੇ ਉਦੋਂ ਤਾਂ ਚਲੋ ਕੁਝ ਕੁ ਸੀ ਗਏ ਆਪਣੇ ਨਾਲ ਸਿੰਘ ਅਤੇ, ਪਰ ਜਿੱਦਣ ਦੀ ਖਾਲਸਾ ਵੀਰ ਫਿਰ ਚੱਲੀ ਆ ਅਤੇ ਰਸਤੇ ਦੇ ਵਿੱਚ ਇੱਦਾਂ ਹੀ ਬਸ ਕਾਫਲਾ ਵਧਣਾ ਚਾਲੂ ਹੋ ਗਿਆ, ਕਾਫਲਾ ਵੱਧ ਰਿਹਾ ਜੀ ਪੂਰਾ, ਅਤੇ ਬਹੁਤ ਸਿੰਘਾਂ ਦੇ ਬਾਹਰੋਂ ਵੀ ਫੋਨ ਆ ਰਹੇ ਆ ਜੀ, ਬਾਹਰੋਂ ਸੰਗਤ ਆ ਵੀ ਰਹੀ ਆ, ਬਹੁਤ ਬਾਹਰਲੀਆਂ ਕੰਟਰੀਆਂ ਤੋਂ ਵੀ ਬਹੁਤ ਸੰਗਤ ਆ ਰਹੀ ਆ, ਤੁਸੀਂ ਦੇਖਦੇ ਹੀ ਹੋਣੇ ਇੱਥੇ। ਚਲੋ ਤੁਹਾਡੇ ਪਹਿਰਾਵੇ ਦਾ ਮੈਂ ਸਵੇਰੇ ਫੋਟੋਆਂ ਵੇਖਣ ਡਿਆ ਸੀ, ਇੱਕ ਪਹਿਲੀ ਤਸਵੀਰ ਤੁਹਾਡੀ ਪਈ ਸੀ ਅਤੇ ਇੱਕ ਹੁਣ ਦੀ ਤਸਵੀਰ ਪਈ ਸੀ, ਬਦਲਾਅ ਜ਼ਿੰਦਗੀ ਦਾ ਕਿਵੇਂ ਆਇਆ? ਬਸ ਜੀ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਜੀ, ਅਤੇ ਬਾਕੀ ਆਪਾਂ ਜਦੋਂ ਜਿਹੋ ਜਿਹੀ ਸੰਗਤ ਦੇ ਵਿੱਚ ਹੀ ਰਹਿਣ ਲੱਗ ਗਏ ਜੀ ਫਿਰ ਅਤੇ ਉਹਦਾ ਆਟੋਮੈਟਿਕਲੀ ਤਾਂ ਰੰਗਤ ਤਾਂ ਆਉਂਦੀ ਹੈ, ਰੰਗਤ ਆਉਣੀ ਹੈ ਬਿਲਕੁਲ ਜੀ। ਅਤੇ ਪਰਿਵਾਰ 'ਚ ਕੌਣ ਕੌਣ ਆ ਅਤੇ ਕਿੰਨੇ ਕਿੰਨੇ ਅੰਮ੍ਰਿਤਪਾਨ ਕੀਤਾ? ਪਰਿਵਾਰ 'ਚ ਜੀ ਮਦਰ ਫਾਦਰ ਆ, ਬ੍ਰਦਰ ਆ ਮੇਰਾ ਵੱਡਾ, ਉਹ ਬਾਹਰ ਹੀ ਆਸਟ੍ਰੇਲੀਆ, ਅਤੇ ਅੰਮ੍ਰਿਤਪਾਨ ਮੈਂ ਅਤੇ ਮੇਰੀ ਵਾਈਫ ਅਤੇ ਗੁੜੀਆ ਜੀ ਮੇਰੀ ਆ, ਨਾਲ ਹੀ ਤੁਸੀਂ ਦੇਖੀ ਗੀ ਮਿਲਿਆ ਸੀ ਦੁਪਹਿਰੇ। ਹਾਂਜੀ ਅਸੀਂ ਤਿੰਨਾਂ ਜਾਣਾ ਜਦੋਂ ਇੱਥੇ ਆਪਣੇ 30 ਤਰੀਕ ਨੂੰ ਅਕਾਲ ਤਖਤ ਸਾਹਿਬ ਅਤੇ 30 ਅਕਤੂਬਰ ਨੂੰ ਉੱਥੋਂ ਅੰਮ੍ਰਿਤਪਾਨ ਕੀਤਾ ਜੀ। ਗੁੜੀਆ ਆਪ ਉਹਨੇ ਕਿਹਾ ਕਿ ਪਾਪਾ ਲੈ ਕੇ ਜਾਓ, ਕਿ ਤੁਸੀਂ ਸੋਚਿਆ ਕਿ ਗੁੜੀਆ ਨੂੰ ਵਿਖਾਲ ਕੇ ਲਿਆਵਾਂ ਕਿ ਖਾਲਸਾ ਵੀਰ ਹੁੰਦੀ ਕੀ ਆ, ਇਹ ਵੀ ਇਤਿਹਾਸ ਹੈ ਜਿਹੜਾ ਸਿਰਜਿਆ ਜਾ ਰਿਹਾ? ਨਹੀਂ ਗੁੜੀਆ ਦੇ ਬੜੇ ਦਿਨਾਂ ਦੀ ਜੀ ਕਾਹਲੀ ਪੈ ਰਹੀ ਸੀ, ਕਿਉਂਕਿ ਪਹਿਲਾਂ ਵੀ ਭਾਈ ਸਾਹਿਬ ਕੋਲ ਮੈਂ ਲੈ ਆਉਂਦਾ ਨਹੀਂ, 2 ਕੁ ਦਿਨ ਰਹਿ ਜਾਂਦੀ ਹੁੰਦੀ ਸੀਗੀ ਜਦੋਂ ਘਰੇ ਵੀ ਜਦੋਂ ਸਮਾਗਮ ਚੱਲਦੇ ਸੀਗੇ, ਅਤੇ ਫਿਰ ਹੁਣ ਵੀ ਕਾਫੀ ਦਿਨਾਂ ਦੀ ਕਹਿ ਰਹੀ ਸੀ ਕਿ ਪਾਪਾ ਜਾਣਾ, ਅਤੇ ਇੱਕ ਸਕੂਲ ਦਾ ਵਿੱਚ ਥੋੜ੍ਹਾ ਤੁਹਾਨੂੰ ਪਤਾ ਸਕੂਲਾਂ ਦਾ ਇਹ ਹੁੰਦਾ ਹੈ ਨਾ, ਅਤੇ ਉਹ ਹੁਣ ਅੱਜ ਛੁੱਟੀ ਸੀਗੀ ਸਕੂਲੋਂ ਅਤੇ ਅੱਜ ਸੁਬਾਹ ਹੀ ਮੈਨੂੰ ਚੰਡੇ ਸੰਡੇ ਦਾ ਫਾਇਦਾ ਲੈ ਲਿਆ ਅਤੇ ਕਹਿੰਦੇ ਚੱਲੀਏ, ਅਤੇ ਚਲੋ ਸਵੇਰੇ ਮੈਂ ਲੈ ਕੇ ਫਿਰ ਉੱਥੇ ਪਹੁੰਚ ਗਿਆ ਸੀਗਾ ਆਪਣੇ ਜਿੱਥੇ ਪਿਛਲਾ ਜ਼ਿੰਦਗੀ 'ਚ ਕਿਵੇਂ ਵੇਖਦੇ ਹਾਂ, ਥੋੜ੍ਹੇ ਦਿਨ ਪਹਿਲਾਂ ਦੀ ਜ਼ਿੰਦਗੀ ਉਹ ਕਟਿੰਗ ਵਾਲੀ, ਅੱਜ ਦੀ ਜ਼ਿੰਦਗੀ ਬਦਲੀ ਹੋਈ ਅਤੇ ਸਿੰਘ ਸੱਜੇ ਹੋਏ ਹੋ ਤੁਸੀਂ? ਬਸ ਜੀ ਗੁਰੂ ਸਾਹਿਬ ਦੀ ਕਿਰਪਾ ਜੀ, ਬਹੁਤ ਇੱਜ਼ਤ ਮਾਣ ਮਿਲ ਰਿਹਾ ਜੀ, ਅਤੇ ਪਹਿਲਾਂ ਵੀ ਚਲੋ ਵਧੀਆ ਸੀਗਾ ਅਤੇ ਪਰ ਜਿਹੜਾ ਆਪਾਂ ਗੁਰੂ ਸਾਹਿਬ ਦੇ ਜਿਹੜੇ ਦੱਸੇ ਰਾਹਾਂ 'ਤੇ ਚੱਲਦੇ ਹਾਂ ਜੀ, ਆਪਾਂ ਪਹਿਰਾਵਾ ਆਪਣਾ ਗੁਰੂ ਸਾਹਿਬ ਦੇ ਕਹਿਣ ਅਨੁਸਾਰ ਜਿਹੜਾ ਆਪਾਂ ਪਾ ਲਿਆ ਵਾ, ਅਤੇ ਇਹ ਤਾਂ ਬਿਲਕੁਲ ਕੀ ਕਹਿ ਸਕਦੇ ਆਪਾਂ ਕਿ ਆਨੰਦਦਾਇਕ ਹੀ ਆ ਜੀ ਬਿਲਕੁਲ, ਬਾਣੀ ਅਤੇ ਬਾਣੀ ਦੇ ਧਾਰਨੀ ਕਹਿ ਸਕਦੇ ਹਾਂ ਕਿ ਹੁਣ ਤੁਸੀਂ ਬਾਣੀ ਦੇ ਬਾਣੇ? ਬਿਲਕੁਲ ਬਿਲਕੁਲ ਜੀ, ਅਤੇ ਬਾਕੀ ਜੀ ਵਧੀਆ ਪਹਿਲਾਂ ਨਾਲੋਂ ਬਿਲਕੁਲ ਹੀ ਜਿੱਦਾਂ ਬਦਲਾਅ ਆ ਗਿਆ ਜੀ। ਹਾਂਜੀ ਪਹਿਲਾਂ ਥੋੜ੍ਹਾ ਚਲੋ ਲੁੱਕ ਵਾਈ ਜੀ ਲਾ ਲਓ ਕਿ ਪਹਿਲਾਂ ਹੋਰ ਇਹ ਹੁੰਦਾ ਸੀਗਾ ਹੈ ਨਾ, ਲੋਕਾਂ ਦੇ ਵੇਖਣ ਦਾ ਨਜ਼ਰੀਆ ਹੋਰ ਸੀਗਾ, ਹੈ ਨਾ ਕਿ ਫੇਸਬੁੱਕ 'ਤੇ ਪਹਿਲੀ ਤਸਵੀਰ ਤੁਹਾਡੀ ਅਤੇ ਗੁਰ ਜੀ ਅੱਜ ਦੀ ਤਸਵੀਰ ਜਿਹੜੀ ਆ ਇੱਕ ਵੱਖਰਾ ਹੀ ਆਪਣਾ ਛਾਪ ਛੱਡ ਰਹੀ ਆ, ਜਿਹੜੀ ਪਹਿਲੀ ਤਸਵੀਰ ਸੀ ਨਾ ਉਹ ਕਟਿੰਗ ਦੇ ਵਿੱਚ ਸੀ। ਮੈਂ ਉਹੀ ਸੋਚਦਾ ਪਿਆ ਸੀਗਾ ਜਿੱਦਣ ਬਾਈ ਜੱਗੇ ਨੂੰ ਆਪਾਂ ਗੱਲਾਂ, ਚਲੋ ਬਾਈ ਦੀਪ ਦੇ ਹੁੰਦੇ ਦੀ ਜਾਣਦੇ ਅਸੀਂ ਇੱਕ ਦੂਜੇ ਨੂੰ, ਅਤੇ ਜਿੱਦਾਂ ਬਾਈ ਦੀਪ ਦਾ ਵੀ ਸੁਪਨਾ ਜਿਹੜਾ ਸੀਗਾ ਅੱਜ ਮੈਨੂੰ ਲੱਗਦਾ ਉਹ ਪੂਰਾ ਹੁੰਦਾ ਦਿਖਦਾ ਪਿਆ ਵਾ, ਕਿ ਜਥੇਬੰਦੀ ਦੇ ਸਿੰਘ ਸਾਰੇ ਸੱਜਦੇ ਪਏ ਆ, ਅਤੇ ਜੋ ਬਾਈ ਚਿਣਕ ਲਾ ਕੇ ਗਿਆ ਸੀਗਾ ਸਾਡੇ ਵਿੱਚ ਇੰਨੇ ਸਾਲਾਂ ਦਾ ਜਿਹੜੀ ਖੜੋਤ ਆਈ ਹੋਈ ਸੀਗੀ ਸੰਤਾਂ ਦੇ ਜਾਣ ਤੋਂ ਬਾਅਦ, ਬਾਈ ਦੀਪ ਨੇ ਉਸ ਨੂੰ ਸ਼ੁਰੂਆਤ ਕੀਤੀ ਅਤੇ ਅਸੀਂ ਨਾਲ ਪਾਂਧੀ ਬਣ ਗਏ ਉਸ ਚੀਜ਼ ਦੇ,